2024 ਦੇ ਲੋਕ ਸਭਾ ਚੋਣਾਂ ਅਤੇ ਦੂਜੇ ਪਾਸੇ ਨਗਰ ਨਿਗਮ ਦੀਆਂ ਚੋਣਾਂ ਵਟ ਤੇ ਪਈਆਂ ਪਰ ਪੰਜਾਬ ਦੇ ਸਿਆਸੀ ਸਮੀਕਰਨ ਕੁਝ ਹੋਰ ਹੀ ਕਹਿ ਰਹੇ ਹਨ ਫੇਰ ਬਦਲ ਹੋ ਰਹੇ ਹਨ ਭਾਜਪਾ ਤੋਂ ਕਾਂਗਰਸ ਤੇ ਕਾਂਗਰਸ ਤੋਂ ਭਾਜਪਾ ਲੋਕ ਸ਼ਿਫਟ ਹੋ ਰਹੇ ਹਨ ਲੀਡਰਾਂ ਦੀ ਅਦਲਾ ਬਦਲੀ ਹੋ ਰਹੀ ਹੈ ਜੀ ਹਾਂ ਤੁਸੀਂ ਸਮਝ ਹੀ ਗਏ ਹੋਵੋਗੇ ਮੈਂ ਕਿਸ ਮੁੱਦੇ ਬਾਰੇ ਗੱਲ ਕਰ ਰਹੀ ਹਾਂ ਤੇ ਅੱਜ ਇਸ ਸਾਰੇ ਮੁੱਦੇ ਉੱਤੇ ਹੀ ਗੱਲ ਕਰਾਂਗੀ ਕਿ ਆਖਿਰ ਕੀ ਲੋਡ ਪੈ ਗਈ ਸੀ ਕਿ ਰਾਜਕੁਮਾਰ ਵੇਰਕਾ ਗੁਰਪ੍ਰੀਤ ਸਿੰਘ ਕਾਂਗੜ ਅਤੇ ਬਲਬੀਰ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਵਿੱਚ ਦੁਬਾਰਾ ਉਹਨਾਂ ਨੇ ਘਰ ਵਾਪਸੀ ਕਰ ਲਈ ਹੈ ਤਾਂ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਬਲਵਿੰਦਰ ਮੌਜੂਦ ਨੇ ਤਾਂ ਬਲਵਿੰਦਰ ਨਾਲ ਇਸ ਮੁੱਦੇ ਉੱਤੇ ਡਿਸਕਸ਼ਨ ਕਰਾਂਗੇ ਤਾਂ ਬਲਵਿੰਦਰ ਕਿਵੇਂ ਤੁਸੀਂ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਸਿਆਸੀ ਸਮਿਕਰਣ ਬਦਲ ਤੇ ਤੁਹਾਡੀ ਭਾਸ਼ਾ ਦੇ ਵਿੱਚ ਗੱਲ ਕਰ ਲੈਨੇ ਆ ਕਿ ਸਿਆਸੀ ਸਮਿਕਰਣ ਜਿਹੜੇ ਉਹ ਬਦਲਦੇ ਨੇ ਫਿਰ ਬਦਲ ਦਿਖਾਈ ਦੇ ਰਿਹਾ ਹੈ ਤਾਂ ਕੀ ਲੱਗਦਾ ਹੈ ਕਿ ਕਿਉਂਕਿ ਦੇਖੋ ਜਿਹੜੇ ਲੀਡਰ ਨੇ ਉਹ ਆਪਣੀ ਪਾਰਟੀ ਪਹਿਲਾਂ ਜਿਹੜੀ ਇਹਨਾਂ ਦੀ ਖੁਦ ਜਿੱਥੇ ਪਹਿਲਾਂ ਨੇ ਸ਼ੁਰੂਆਤ ਕੀਤੀ ਹੁੰਦੀ ਹੈ ਪਹਿਲਾ ਉਹ ਪਾਰਟੀ ਦੇ ਵਿੱਚ ਰਹਿੰਦੇ ਨੇ ਫਿਰ ਉਹਨੂੰ ਬਦਲ ਕੇ ਜਦੋਂ ਉਹਨਾਂ ਨੂੰ ਲੱਗਦਾ ਕਿ ਨਵੇਂ ਮੌਕੇ ਮਿਲ ਰਹੇ ਨੇ ਫਿਰ ਉਹ ਮਿੰਟ ਨਹੀਂ ਲਾਉਂਦੇ ਦੂਜੀ ਪਾਰਟੀ ਦੇ ਵਿੱਚ ਉਹ ਚਲੇ ਜਾਂਦੇ ਨੇ ਤੇ ਇਸੇ ਤਰ੍ਹਾਂ ਦਾ ਕੁਝ ਹੋਇਆ ਹੈ ਕਿ ਪਹਿਲਾਂ ਘਰ ਸੀ ਜਿਹੜਾ ਕਾਂਗਰਸ ਉਹਨੂੰ ਛੱਡ ਕੇ ਹੂੰ ਜੀ ਭਾਜਪਾ 'ਤੇ ਚਲੇ ਗਏ ਹੁਣ ਭਾਜਪਾ ਤੋਂ ਜਦੋਂ ਲੱਤ ਪਈ ਤੇ ਹੁਣੇ ਫੇਰ ਦੁਬਾਰਾ ਕਾਂਗਰਸ ਦੇ ਵਿੱਚ ਚਲੇ ਗਏ ਜੀ ਜਿੱਦਾਂ ਕਿ ਡਾਕਟਰ ਰਾਜ ਕੁਮਾਰ ਮੇਰਕਾ ਨੇ ਗੱਲ ਪ੍ਰੈਸ ਕਾਨਫਰੰਸ ਕੀਤੀ ਸੀ ਹਮ ਸਾਰਾ ਉਹਨਾਂ ਨੇ ਦੱਸਿਆ ਨਾ ਵੀ ਇਹ ਰੀਜ਼ਨ ਆ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਦੇਸ਼ ਕਾਂਗਰਸ ਦੇ ਹੱਥਾਂ ਵਿੱਚ ਸੁਰੱਖਿਅਤ ਹੈ ਕਾਂਗਰਸ ਹਰ ਧਰਮ ਹਰ ਫਿਰਕੇ ਦੇ ਹਰ ਜਾਤ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਆ ਭਾਜਪਾ ਦੇ ਵਿੱਚ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਸਿਸਟਮ ਨਹੀਂ ਹੈਗਾ ਯਾਨੀ ਕਿ ਕਿਤੇ ਨਾ ਕਿਤੇ ਕਿਤੇ ਉਹ ਤੇ ਵਿਤਕਰਾ ਜਾ ਵਿਖਾਈ ਦਿੰਦਾ ਹਾਂਜੀ ਕਿਤੇ ਨਾ ਕਿਤੇ ਉਹਨਾਂ ਨੇ ਇਹ ਗੱਲ ਆ ਜਿਹੜੀ ਸਿੱਧੇ ਤੌਰ ਤੇ ਕਹੀ ਸੀ ਕਿ ਉਹਨਾਂ ਨੂੰ ਨਾਲ ਨਹੀਂ ਰੱਖਿਆ ਜਾ ਰਿਹਾ ਉਹਨਾਂ ਨੂੰ ਬੰਦ ਦਾ ਮਾਨ ਸਤਕਾਰ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲੋ ਗਲਤੀ ਹੋ ਗਈ ਮੈਂ ਹੁਣ ਆਪਣੀ ਗਲਤੀ ਦਾ ਪਛਤਾਵਾ ਕਰ ਰਿਹਾ ਤੇ ਉਹਨਾਂ ਦੇ ਨਾਲ ਗੁਰਪ੍ਰੀਤ ਕਾਂਗੜ ਅਤੇ ਬਲਵਿਹਰ ਸਿੱਧੂ ਜਿਹੜੇ ਸਾਬਕਾ ਸਿਹਤ ਮੰਤਰੀ ਰਹੇ ਨੇ ਉਹ ਵੀ ਵਾਪਸ ਕਾਂਗਰਸ ਦੇ ਵਿੱਚ ਆ ਗਏ ਇਸ ਦੇ ਨਾਲ ਹੀ ਅਕਾਲੀ ਦਲ ਤੋਂ ਹੰਸ ਰਾਜ ਜੋਸ਼ਨ ਜੀਤ ਮਹਿੰਦਰ ਸਿੰਘ ਸਿੱਧੂ ਤੇ ਭਾਜਪਾ ਦੇ ਹੀ ਜਿਹੜੇ ਮੋਹਾਲੀ ਦੇ ਮੇਅਰ ਨੇ ਜੀਤੀ ਸਿੱਧੂ ਅਤੇ ਹੋਰ ਕਈ ਚਿਹਰੇ ਨੇ ਜਿਹੜੇ ਸਮਰਾਲਾ ਤੋਂ ਨੇ ਜਾਂ ਹੋਰ ਚਿਹਰੇ ਨੇ ਉਹ ਵੀ ਵਾਪਸ ਆ ਗਏ ਪਾਰਟੀ ਦੇ ਵਿੱਚ ਲੇਕਿਨ ਇੱਥੇ ਚਰਚਾ ਇਹ ਬਣਦੀ ਹੈ ਕਿ ਇੱਕ ਤਾਂ ਸਮਾਂ ਸੀ ਜਦੋਂ ਚੋਣਾ ਹੋਣੀ ਸੀ ਵੀ ਸਾਨੂੰ ਟਿਕਟ ਨਹੀਂ ਮਿਲੀ ਸੀ ਤਾਂ ਪਾਰਟੀ ਛੱਡਣੀ ਆ ਟਿਕਟ ਤਾਂ ਉਹਨਾਂ ਨੂੰ ਮਿਲੀ ਸੀ ਉਹ ਚੋਣਾ ਲੜੇ ਪਰ ਹਾਰ ਗਏ ਬਾਅਦ ਦੇ ਵਿੱਚ ਉਹਨਾਂ ਵੱਲੋਂ ਅਚਾਨਕ ਕਾਂਗਰਸ ਛੱਡ ਦਿੱਤੀ ਜਾਂਦੀ ਹੈ ਅਤੇ ਹੁਣ ਉਹ 1 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਵਾਪਸ ਕਾਂਗਰਸ ਦੇ ਵਿੱਚ ਆ ਗਏ ਨੇ ਚਲੋ ਇਹ ਫੇਰ ਬਦਲ ਆ ਜਿਹੜਾ ਗੱਲ ਬਦਲੀਆਂ ਕਹਿ ਲੈਂਦੇ ਆਪਾਂ ਜੇ ਚਲਦੀਆਂ ਰਹਿੰਦੀਆਂ ਨੇ ਚੋਣਾਂ ਤੋਂ ਪਹਿਲਾਂ ਬਹੁਤ ਕੁਝ ਹੁੰਦਾ ਹੈ ਜਿਵੇਂ ਕਿ ਆਪਾਂ ਦੇਖਿਆ ਸੀ ਕਿ ਤੁਸੀਂ ਹੋਗੇ ਜਾਂ ਮੈਂ ਹੋਗੇ ਆਪਣੀ ਇੰਨੀ ਉਮਰ ਨਹੀਂ ਹੈਗੀ ਕਿਉਂਕਿ ਆਪਾਂ ਪੁਰਾਣੀ ਸਿਆਸਤ ਨਹੀਂ ਦੇਖੀ ਪਰ ਹੁਣ ਵਾਲੀ ਸਿਆਸਤ ਵਿੱਚ ਚੱਲ ਰਿਆ ਸੀ ਅਕਾਲੀ ਕਾਂਗਰਸ ਅਕਾਲੀ ਕਾਂਗਰਸ ਚੱਲ ਰਹੀ ਸੀ ਲੇਕਿਨ ਇੱਕ ਤਾਂ ਸਮੀਕਰਨ ਸਿਆਸਤ ਦੇ ਕਿਸਾਨ ਅੰਦੋਲਨ ਤੋਂ ਬਾਅਦ ਬਦਲਦੇ ਨੇ ਜਦੋਂ ਗੱਠ ਜੋੜ ਅਕਾਲੀ ਦਲ ਦਾ ਟੁੱਟ ਜਾਂਦਾ ਹੈ ਇਹਨਾਂ ਨੇ ਨਵੀਂ ਪਾਰਟੀ ਬਣ ਦਿੰਦੀ ਆ ਭਾਜੀਪੀ ਕਿਉਂਕਿ ਉਹਦੇ ਲਈ ਸਾਰਾ ਕੁਝ ਨਵਾਂ ਸੀ ਭਾਜੀਪੀ ਬਹੁਤ ਥੋੜੀਆਂ ਸੀਟਾਂ ਤੇ ਲੜਦੀ ਸੀ ਚਲੋ ਬੀਜੇਪੀ ਵੱਲੋਂ ਆਪਣ ਆਮ ਆਦਮੀ ਪਾਰਟੀ ਨੇ ਆ ਕੇ ਇਕਦਮ ਤਲਕਾ ਮਚਾ ਦਿੱਤਾ ਜਦੋਂ ਕਿ ਕਿਉਂਕਿ ਪੰਜਾਬ ਦੇ ਵਿੱਚ ਐਡੇ ਕੋਈ ਵੱਡੇ ਨਾਮ ਨਹੀਂ ਸੀ ਸਿਆਸੀ ਪਾਰਟੀਆਂ ਤੇ ਉਦੋਂ ਖੇਤਰੀ ਪਾਰਟੀ ਹੀ ਜ਼ਿਆਦਾ ਮਹੱਤਵ ਰੱਖਦੀ ਸੀ ਤਾਂ ਕਾਂਗਰਸ ਨੂੰ ਵੀ ਇੰਨੇ ਜ਼ਿਆਦਾ ਵੋਟਾਂ ਨਹੀਂ ਪੈਂਦੇ ਸੀ ਕਿਉਂਕਿ ਖੇਤਰੀ ਪਾਰਟੀ ਹੀ ਕਾਫੀ ਲੰਬੇ ਸਮੇਂ ਤੋਂ ਸਿਆਸਤ ਕਰ ਰਹੀ ਸੀ ਪਰ ਜਦੋਂ ਕਾਂਗਰਸ ਦਾ ਰਾਜ ਆਇਆ ਤਾਂ ਕਿਤਨੇ ਕਿਤੇ ਜਦੋਂ ਜਿਹੜਾ ਹੈ ਅੰਦੋਲਨ ਆਇਆ ਕਿਸਾਨੀ ਅੰਦੋਲਨ ਉਸ ਤੋਂ ਬਾਅਦ ਭਾਜਪਾ ਕਿਤਨੇ ਕਿਤੇ ਨਜ਼ਰਾਂ ਦੇ ਵਿੱਚ ਆਉਣ ਲੱਗ ਗਈ ਤੇ ਜਦੋਂ ਆਮ ਆਦਮੀ ਪਾਰਟੀ ਨੇ ਜਦੋਂ ਜਦੋਂ ਆਪਣਾ ਜ਼ੋਰ ਦਿਖਾਇਆ ਤਾਂ ਉਹਦੋਂ ਸਾਰੇ ਪਿੱਛੇ हट ਗਏ ਉਦੋਂ ਕਿ ਸਿਆਸਤ ਦੇ ਵਿੱਚ ਇੱਕ ਨਵੀਂ ਲਹਿਜੀ ਤੁਰਪੀ ਪਰ ਫਿਰ ਵੀ ਇਹ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਵਿੱਚੋਂ ਲੋਕ ਕਾਂਗਰਸ ਵਿੱਚ ਸ਼ਿਫਟ ਹੋ ਰਹੇ ਨੇ ਜਿਵੇਂ ਮਤਲਬ ਘਰ ਵਾਪਸੀ ਕਰ ਰਹੇ ਨੇ ਕੋਈ ਅਕਾਲੀ ਦਲ ਛੱਡ ਰਿਹਾ ਤਾਂ ਭਾਈਬੰਦੀ ਪਾਰਟੀ ਕਹਿੰਦੇ ਸੀ ਕਾਂਗਰਸ ਨੂੰ ਸੋਰੀ ਭਾਜਪਾ ਨੂੰ ਤੇ ਅਕਾਲੀ ਦਲ ਨੂੰ ਤੇ ਉਹਨਾਂ ਅਕਾਲੀ ਦਲ ਨੂੰ ਵੀ ਛੱਡ ਕੇ ਕਾਂਗਰਸ ਚਲੇਗੀ ਤੇ ਇਧਰੋਂ ਭਾਜਪਾ ਨੂੰ ਤਾਂ ਕੀ ਭਾਜਪਾ ਤੇ ਕਾਂਗਰਸ ਅਕਾਲੀ ਦਲ ਦੇ ਵਿੱਚ ਕੀ ਸੱਚੀ ਅਜਈਆਂ ਵਿਚkereਆਂ ਵਾਲੀਆਂ ਚੀਜ਼ਾਂ ਹੋਣਗੀਆਂ ਕਿ ਲੋਕ ਉੱਥੇ ਜਿਹੜੇ ਆ ਉੱਥੇ ਤੰਗ ਹੋ ਰਹੇ ਹੋਣ ਲੀਡਰ ਜੀ ਪਹਿਲਾਂ ਤਾਂ ਆਪਾਂ ਇਹ ਗੱਲ ਕਰਦੇ ਆ ਕਿ ਜਿਹੜੇ ਲੀਡਰ ਛੱਡ ਕੇ ਪਾਰਟੀਆਂ ਨੂੰ ਕਾਲੀ ਦਲ ਤੇ ਬੀਜੇਪੀ ਨੂੰ ਕਾਂਗਰਸ ਚ ਆਏ ਨੇ ਉਹਨਾਂ ਦੀ ਮਾਂ ਪਾਰਟੀ ਕਾਂਗਰਸ ਹੀ ਆ ਜ਼ਿਆਦਾਤਰ ਲੀਡਰਾਂ ਦੀ ਉਹ ਕਾਂਗਰਸ ਚੋਂ ਹੀ ਉਹਨਾਂ ਨੇ ਸਾਰੇ ਅਹੁਦੇ ਹਾਸਲ ਕੀਤੇ ਬਾਅਦ ਵਿੱਚ ਉਹ ਪਾਰਟੀ ਛੱਡਤੀ ਕਿਸੇ ਨੇ ਪਹਿਲਾਂ ਛੱਡਤੀ ਕਿਸੇ ਨੇ ਹੁਣ ਛੱਡਤੀ ਚਲੋ ਅਲੱਗ ਚੀਜ਼ਾਂ ਨੇ ਪਰ ਜੇ ਦੇਖਿਆ ਜਾਵੇ ਬੀਜੇਪੀ ਆ ਜਿਹੜੀ ਬੀਜੇਪੀ ਦੇ ਕੋਲ ਕਾਫੀ ਜ਼ਿਆਦਾ ਕੱਟ ਸੀਟਾਂ ਸੀ ਪੰਜਾਬ ਦੇ ਵਿੱਚ 2 ਐਮਪੀ ਉਹਨਾਂ ਦੇ ਫਿਲਹਾਲ ਹੈਗੇ ਨੇ ਲੇਕਿਨ ਹੁਣ 2 ਐਮਪੀ ਜਿਤਾਉਣੇ ਬੀਜੇਪੀ ਲਈ ਪੰਜਾਬ ਚ ਮੁਸ਼ਕਿਲ ਨੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਦਾ ਕਾਂਗਰਸ ਪਾਰਟੀ ਦਾ ਹੌਲ ਦੇ ਜਿਆਦੇ ਆ ਤੇ ਬੀਜੇਪੀ ਕਿਸਾਨ ਅੰਦੋਲਨ ਕਰਕੇ ਪਿੰਡੂ ਖੇਤਰਾ ਚ ਭਾਵੇਂ ਲੋਕ ਬੀਜੇਪੀ ਨੂੰ ਵੋਟਾਂ ਪਾ ਰਹੇ ਨੇ ਪਰ ਇੰਨੇ ਜ਼ਿਆਦਾ ਲੋਕ ਨਹੀਂ ਜਿਹੜੇ ਉਹ ਨਾਲ ਨਹੀਂ ਤਾਂ ਬੀਜੇਪੀ ਵੱਲੋਂ ਜਦੋਂ ਤੋਂ ਅਕਾਲੀ ਦਲ ਤੋਂ ਨਾਤਾ ਤੋੜਿਆ ਗਿਆ ਉਸ ਤੋਂ ਬਾਅਦ ਉਹਨਾਂ ਵੱਲੋਂ ਇਕੱਲਿਆਂ ਹੀ ਪੰਜਾਬ ਲੜਨ ਦੀ ਗੱਲ ਆਖੀ ਜਾਂਦੀ ਹੈ ਤੇ ਇਸ ਵਾਸਤੇ ਉਹਨਾਂ ਨੂੰ ਕਲਾਸ ਸੀ ਚਿਹਰਿਆਂ ਦੀ ਕਿਉਂਕਿ ਸਾਡੇ ਸਮਾਜ ਚ ਇਦਾਂ ਇਹ ਨਾ ਕਿ ਕੋਈ ਵੀ ਬੰਦਾ ਖੜ ਦੇਵੇ ਉਹ ਦਿੱਤਦਾ ਨਹੀਂ ਜਿਹੜਾ ਬੰਦਾ ਮਸ਼ਹੂਰ ਹੋਊਗਾ ਜਿਹਦਾ ਕੋਈ ਸਿਆਸੀ ਚਿਹਰਾ ਹੋਊਗਾ ਜਾਂ ਫਿਰ ਵੈਸੇ ਮਸ਼ਹੂਰ ਹੋਊਗਾ ਜਿਹਦਾ ਸਨ ਨਹੀਂ ਡੋਲ ਜਿੱਤੇ ਸੀ ਉਹ ਇੱਕ ਵੱਡਾ ਚਿਹਰਾ ਸੀ ਨਾ ਉਹ ਇਦਾਂ ਦੇ ਮੰਦੇ ਲੱਭਦੇ ਸੀ ਅਪਰੋਚ ਪਾਰਟੀਆਂ ਵੱਲੋਂ ਕੀਤਾ ਜਾਂਦਾ ਹੈ ਚੋਣਾਂ ਤੋਂ ਪਹਿਲਾਂ ਐਕਟਰਾਂ ਨਾਲ ਗਾਇਕਾਂ ਨਾਲ ਤੇ ਵੱਡੇ ਸਿਆਸਦਾਨਾਂ ਨਾਲ ਅਪਰੋਚ ਕੀਤੀ ਜਾਂਦੀ ਹੈ ਹਨਾ ਜਿਵੇਂ ਕਿ ਪਹਿਲਾਂ ਜਦੋਂ 22 ਦੀਆਂ ਚੋਣਾਂ ਹੋਣੀ ਸੀ ਤਾਂ ਸਿੱਧੂ ਦੇ ਚਰਚੇ ਚੱਲੇ ਸੀ ਵੀ ਸਿੱਧੂ ਵੀ ਆਮ ਆਦਮੀ ਪਾਰਟੀ 'ਚ ਜਾ ਸਕਦੇ ਇਹਨਾਂ ਨਾ ਇਦਾਂ ਦੀਆਂ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਅਪਰੋਚ ਵੀ ਕੀਤੀ ਜਾਂਦੀ ਹੈ ਤਾਂ ਵੱਡੇ ਚਿਹਰੇ ਆ ਗਏ ਸੀ ਭਾਜਪਾ ਦੇ ਕੋਲ ਕਿਉਂਕਿ ਗੁਰਪ੍ਰੀਤ ਕਾਂਗੜ ਨੇ ਜਿਹੜੇ ਉਹਨਾਂ ਦਾ ਵੀ ਵੱਡਾ ਨਾਮ ਆ ਰਾਮਪੁਰਾ ਫੂਲ ਦੇ ਵਿੱਚ ਬਲਬੀਰ ਸਿੱਧੂ ਮੋਹਾਲੀ ਤੋਂ ਤਿੰਨ ਵਾਰ ਦੇ ਵਿਧਾਇਕ ਨੇ ਪਰ ਕਿਤਨਾ ਕੀਤੇ ਗੁਰਪ੍ਰੀਤ ਸਿੰਘ ਕਾਂਗੜ ਤੇ ਜਿਹੜੇ ਸਿੱਧੂ ਨੇ ਤਾਂ ਉਹਨਾਂ ਉੱਤੇ ਬਹੁਤ ਗੰਭੀਰ ਇਲਜ਼ਾਮ ਲੱਗੇ ਹੋਏ ਨੇ ਕਈ ਮਾਮਲੇ ਉਹਨਾਂ ਦੇ ਚੱਲਦੇ ਪਏ ਨੇ ਤਾਂ ਇੰਨੇ ਬਦਲਾਅ ਹੋਤੇ ਹੋਰ ਵੀ ਦੇਖਣੀ ਮਰਦੀ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਜਦੋਂ ਇਹਨਾਂ ਨੇ ਬੀਜੇਪੀ ਜੁਆਇਨ ਕੀਤੀ ਸੀ ਇਹਨਾਂ ਲੀਡਰਾਂ ਨੇ ਤਾਂ ਉਦੋਂ ਰਾਜਾ ਵੜਿੰਗ ਵੱਲੋਂ ਵਿਰੋਧ ਕੀਤਾ ਗਿਆ ਸੀ ਰਾਜਾ ਵੜਿੰਗ ਨੇ ਇੱਕ ਗੱਲ ਵੀ ਕਹੀ ਸੀ ਕਿ ਚੰਗਾ ਹੋਇਆ ਇਹਨਾਂ ਤੋਂ ਖੜਾ ਛੁੱਟ ਗਿਆ ਨਾ ਲੇਕਿਨ ਵੀ ਹੁਣ ਨਵੇਂ ਮੁੰਡਿਆਂ ਨੂੰ ਮੌਕਾ ਮਿਲੂ ਹੁਣੇ ਵਾਪਸ ਉਹਦੇ ਚ ਆਗੇ ਹੁਣ ਜਿਹੜੇ ਨਵੇਂ ਮੁੰਡਿਆਂ ਨੂੰ ਮੌਕਾ ਮਿਲਣਾ ਸੀ ਉਹ ਵੀ ਕਾਫੀ ਮੁਸ਼ਕਲ ਹੋ ਜਾਂਦਾ ਇੱਕ ਨਾ ਸਿਆਸਤ ਦੇ ਵਿੱਚ ਇੱਕ ਕਹਾਣੀ ਚੱਲਦੀ ਆ ਕਿ ਇੱਕ ਨੌਜਵਾਨ ਹੁੰਦਾ ਏ ਉਹ ਆਪਣੇ ਪਿਓ ਨੂੰ ਕਹਿੰਦਾ ਏ ਕਿ ਮੈਂ ਲੀਡਰ ਬਣਨਾ ਮੈਂ ਲੀਡਰ ਕਿਵੇਂ ਬਣਾ ਉਹਦਾ ਬਾਪੂ ਕਹਿੰਦਾ ਕੋਠੇ ਤੇ ਚੜ ਸ਼ਾਲਮਾਰ ਤੇ ਮੁੰਡਾ ਕੋਠੇ ਤੋਂ ਸ਼ਾਲ ਮਾਰਦਾ ਏ ਤੁਹਾਨੂੰ ਦੋਨੋਂ ਲੱਤਾਂ ਟੁੱਟ ਜਾਂਦੀਆਂ ਨੇ ਤੇ ਬਾਪੂ ਕਹਿੰਦਾ ਤੂੰ ਆਰਾਮ ਕਰ ਲੀਡਰ ਮੈਂ ਬਣੂਗਾ ਤੇ ਇਹ ਮਜ਼ਾਕ ਆ ਪਰ ਸੱਚਾਈ ਆ ਸਿਆਸਤ ਦੇ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਸਖਾ ਨਹੀਂ ਹੁੰਦਾ ਕੁਝ ਵੀ ਹੋ ਸਕਦਾ ਹੈ ਸੋ ਉਹੀ ਕੁਝ ਹੋ ਰਿਹਾ ਹੈ ਪਰ ਦੇਖਣ ਵਾਲੀ ਗੱਲ ਆ ਕਿ 2022 ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਲਹਿਰ ਆਈ ਸੀ ਹੂੰ ਬਹੁਤ ਚੀਜ਼ਾਂ ਹੋਈਆਂ ਸੀ ਚਲੋ ਲੋਕ ਸਿਸਟਮ ਤੋਂ ਓਕੇ ਹੋਏ ਸੀ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਤਾਇਆ ਨਹੀਂ ਬਲਕਿ ਕਾਂਗਰਸ ਅਕਾਲੀ ਦਲ ਤੇ ਭਾਜਪਾ ਨੂੰ ਹਰਾਇਆ ਕਿਉਂਕਿ ਉਹ ਅੱਕੇ ਹੋਏ ਸੀ ਬਦਲਾ ਦੀ ਪ੍ਰੋਜੈਕਟ ਇਹ ਵੀ ਹੈ ਨਾ ਬਲਵਿੰਦਰ ਕੀ ਦੇਖੋ ਇਸ ਵਾਰ ਜਦੋਂ ਜੇ ਅਸੀਂ ਹੁਣ 24 ਦੇ ਇਲੈਕਸ਼ਨ ਦੀ ਗੱਲ ਕਰਦੇ ਹਾਂ ਤਾਂ ਹੁਣ ਵੀ ਆਮ ਆਦਮੀ ਪਾਰਟੀ ਦੇ ਆਉਣ ਦੇ ਚਾਂਸਸ ਸਭ ਤੋਂ ਜ਼ਿਆਦਾ ਨੇ ਹਾਂ ਹੋ ਸਕਦਾ ਹੈ ਕਿ ਜਿਹੜੀਆਂ ਸੀਟਾਂ ਨੇ ਉਹ ਘੱਟ ਮਿਲਣ ਪਰ ਕਹਿੰਦੇ ਕਿ ਜਿਹੜੀ ਜਿੱਤ ਦੀ ਜਿਹੜੀ ਕਹਿੰਦੇ ਕਿ ਸੇਰਾ ਉਹ ਆਮ ਆਦਮੀ ਪਾਰਟੀ ਦੀ ਸਿਰ ਤੇ ਫਿਰ ਬਾਬਾ ਚ ਸਕਦਾ ਕਿਉਂਕਿ ਬਹੁਤ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਤਾਂ ਲਗਾਤਾਰ ਜਿਹੜੇ ਲੋਕਾਂ ਦੇ ਇਹਦੇ ਵਿੱਚ ਜਿਹੜੇ ਕੰਮ ਕੀਤੇ ਜਾ ਰਹੇ ਹਨ ਤਾਂ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਆ ਤਾਂ ਵਿਰੋਧੀਆਂ ਦੇ ਵੱਲੋਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਉੱਤੇ ਤੰਜ ਵੀ ਕੱਸੇ ਜਾ ਰਹੇ ਆ ਜੀ ਸੰਗਰੂਰ ਦੀ ਜਿਹੜੀ ਹਾਰ ਸੀ ਚਲੋ ਹੋਈ ਸੀ ਉਸ ਤੋਂ ਬਾਅਦ ਜਦੋਂ ਜਲੰਧਰ ਦੇ ਵਿੱਚ ਬਾਏ ਇਲੈਕਸ਼ਨ ਆਮ ਆਦਮੀ ਪਾਰਟੀ ਜਿੱਤੀ ਆ ਤਾਂ ਕਿਤੇ ਨਾ ਕਿਤੇ ਸਰਕਾਰ ਦਾ ਕਹਿਣਾ ਸੀ ਕਿ ਸਾਡੀਆਂ ਨੀਤੀਆਂ ਨੇ ਜਿੱਦਾਂ ਕਿ ਮੁਫਤ ਬਿਜਲੀ ਹੋ ਗਈ ਜਾਂ ਹੋਰ ਜਿਹੜੇ ਵੀ ਮੁਹੱਲਾ ਕਲੀਨਿਕ ਜੋ ਵੀ ਸਰਕਾਰ ਕੰਮ ਕਰ ਰਹੀ ਹੈ ਜਾਂ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਹੋ ਗਿਆ ਵੀ ਉਹ ਤੋਂ ਲੋਕਾਂ ਨੇ ਪਸੰਦ ਕਰਕੇ ਉਹ ਚੀਜ਼ ਨੂੰ ਸਾਨੂੰ ਤਾਂ ਦਿੱਤਾ ਹੈ ਪਰ ਸਿਆਸਤ ਆ ਕੁਝ ਵੀ ਹੋ ਸਕਦਾ ਕਿ ਇੱਕ ਦਿਨ ਪਹਿਲਾਂ ਲੱਗ ਰਿਹਾ ਹੋਵੇ ਕਿ ਅਸੀਂ ਜਿੱਤ ਜਾਵਾਂਗੇ ਉਹ ਦੂਜੇ ਦਿਨ ਬੁਰੇ ਤਰੀਕੇ ਨਾਲ ਹਾਰ ਵੀ ਸਕਦੇ ਨੇ ਕਿਉਂਕਿ ਲੋਕਾਂ ਦੇ ਮਨ ਦਾ ਕੁਝ ਨਹੀਂ ਪਤਾ ਹੁੰਦਾ ਬਹੁਤ ਜਦੋਂ ਇਲੈਕਸ਼ਨ ਕਰੀਬ ਹੁੰਦੀ ਆ ਜਦੋਂ ਤਲ ਬਦਲੀਆਂ ਜੇ ਹੋਰ ਹੋਣੀਆਂ ਨੇ ਕਿਉਂਕਿ ਆਪਾਂ ਦੇਖਿਆ ਕਿ ਬੀਜੇਪੀ ਦੇ ਇੱਕ ਵੱਡੇ ਨੇਤਾ ਸੀ ਅਰੁਣ ਨਾਰੰਗ ਉਹਨਾਂ ਵੱਲੋਂ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗਈ ਕਾਂਗਰਸ ਦੇ ਜਿਹੜੇ ਮਤਲਬ ਕਿ ਪੀੜੀਆਂ ਦਾਰ ਪੀੜੀ ਕਾਂਗਰਸ ਸੀ ਸੀ ਤੀਜੀ ਪੀੜੀ ਕਾਂਗਰਸ ਸੀ ਸੀ ਸੁਨੀਲ ਜਾਖੜ ਵਰਗੇ ਉਹ ਬੀਜੇਪੀ ਚ ਚਲੇ ਗਏ ਤਾਂ ਕਿ ਕੁਝ ਵੀ ਹੋ ਸਕਦਾ ਹੈ ਕਿਉਂਕਿ ਪਾਰਟੀਆਂ ਨੇ ਅਹੁਦਿਆਂ ਦੀ ਸਿਆਸਤ ਚੱਲਦੀ ਹੈ ਚਿਹਰਿਆਂ ਦੀ ਸਿਆਸਤ ਚੱਲਦੀ ਹੈ ਤਾਂ ਬਹੁਤ ਕੁਝ ਹੁੰਦਾ ਹੈ ਹਾਲੇ ਕੋਈ ਸਪਸ਼ਟ ਕਹਿਣਾ ਤਾਂ ਨਹੀਂ ਕਿਉਂਕਿ ਬੀਜੇਪੀ ਆਮ ਆਦਮੀ ਪਾਰਟੀ ਦੀ ਜੇ ਗੱਲ ਕੀਤੀ ਜਾਵੇ ਉੱਪਰ ਸੈਂਟਰ ਦੇ ਵਿੱਚ ਗੱਠਜੋੜ ਹੋ ਚੁੱਕਿਆ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਲੇਕਿਨ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਗੱਠਜੋੜ ਦੀਆਂ ਸੰਭਾਵਨਾਵਾਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਘੱਟ ਲੱਗਦੀਆਂ ਨੇ ਲੇਕਿਨ ਕਿਤੇ ਨਾ ਕਿਤੇ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਸਟਰੋਂਗ ਜ਼ਰੂਰ ਹੈਗੀਆਂ ਜੀ ਬਿਲਕੁਲ ਜਿਵੇਂ ਕਿ ਬਲਵਿੰਦਰ ਨੇ ਬਿਲਕੁਲ ਕਹੀ ਇਹ ਗੱਲ ਸੱਚ ਕਹੀ ਹੈ ਕਿ ਸਿਆਸਤ ਦੇ ਵਿੱਚ ਕੋਈ ਵੀ ਕਿਸੇ ਦਾ ਸਦਾ ਨਹੀਂ ਹੁੰਦਾ ਤਾਂ ਜਿਸ ਤਰੀਕੇ ਦੇ ਨਾਲ ਇਹ ਫੇਰ ਬਦਲ ਹੋਏ ਨੇ ਜਿਸ ਤਰੀਕੇ ਦੇ ਨਾਲ ਇੱਕ ਕਹਿੰਦੇ ਭਾਜਪਾ ਛੱਡ ਕੇ ਜਿਵੇਂ ਕਾਂਗਰਸ ਦੇ ਵਿੱਚ ਆਪਦੇ ਘਰ ਵਾਪਸੀ ਕੀਤੀ ਹੈ ਫਿਰ ਹੋ ਸਕਦਾ ਹੈ ਕਿ ਕਾਂਗਰਸ ਦੇ ਕਈ ਲੀਡਰ ਭਾਜਪਾ ਦੇ ਵਿੱਚ ਜਾਂ ਫਿਰ ਹੋਰ ਕਿਸੇ ਪਾਰਟੀ ਦੇ ਵਿੱਚ ਚਲੇ ਜਾਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਤੁਹਾਡਾ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਆਪਣੇ ਵਿਚਾਰ ਸਾਰ ਨਾਲ ਜ਼ਰੂਰ ਸਾਂਝਾ ਕਰੋ ਇਸ ਪੂਰੇ ਮਾਮਲੇ ਬਾਰੇ ਵੀ ਤੁਸੀਂ ਕੁਝ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਐਵੇਂ ਦੇ ਹੋਰ ਮੁੱ सानु इजाजत दियो धन्यवाद